ਮਨਜੀ ਤੇ ਹੈ ਨਾ ਨਿਤਿੰਦ ਦਾ ਕੁਐਸਚਨ ਸੀਗਾ ਇਹ ਇਹ ਕਹਿੰਦੇ ਨੇ ਕਿ ਉਹਨਾਂ ਨੇ ਨਾ ਲਵਾਂ ਫਾਰਮ ਹਾਊਸ ਲਿਆ ਹੈ ਹੁਣ ਹੀ ਰੀਸੈਂਟਲੀ ਫਾਰਮ ਲੈਂਡ ਲਈ ਹੈ ਤੇ ਉਹ ਨਾ ਉਹਨੂੰ ਬੜੇ ਚੰਗੇ ਤਰੀਕੇ ਨਾਲ ਡਿਜ਼ਾਈਨ ਕਰਨਾ ਚਾਹੁੰਦੇ ਨੇ ਸ਼ੁਰੂਆਤ ਤੋਂ ਇੱਕ ਵਧੀਆ ਫਾਰਮ ਹਾਊਸ ਬਣਾਣ ਲਈ ਤਾਂ ਉਹਨਾਂ ਕੋਲੇ ਕੀ ਕੀ ਆਪਸ਼ਨਸ ਨੇ ਕੀ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਇਸ ਟਾਈਮ ਤੇ ਇਹ ਵੀ ਜਰਾ ਥੋੜਾ ਡਿਟੇਲ ਨਾਲ ਦੱਸਿਓ ਹਾਂਜੀ ਸਭ ਤੋਂ ਪਹਿਲਾਂ ਤਾਂ ਨਿਤਿੰਦ ਜੀ ਨੂੰ ਬੜੀ ਬੜੀ ਮੁਬਾਰਕਾਂ ਭਾਈ ਤੁਸੀਂ ਆਪਣੇ ਲਾਈਫ ਸਟਾਈਲ ਚੇਂਜ ਬਾਰੇ ਸੋਚਿਆ ਤੇ ਬੜਾ ਜ਼ਰੂਰੀ ਸਟੈਪ ਆ ਮੈਨੂੰ ਲੱਗਦਾ ਅੱਜ ਦੀ ਜ਼ਿੰਦਗੀ ਦੇ ਵਿੱਚ ਕਿ ਇੱਕ ਫਾਰਮ ਹਾਊਸ 'ਚ ਇਨਵੈਸਟ ਕਰਨਾ ਤੇ ਫਾਰਮ ਹਾਊਸ ਜਦੋਂ ਮੈਂ ਬੋਲਦਾ ਤਾਂ ਮੇਰਾ ਮਤਲਬ ਹੁੰਦਾ ਕਿ ਇੱਕ ਲਾਈਫ ਸਟਾਈਲ ਚੇਂਜ ਇੱਕ ਫਾਰਮ ਹਾਊਸ ਉਹ ਹੁੰਦਾ ਕਿ ਤੁਸੀਂ ਸਿਰਫ ਇੱਕ ਇਨਵੈਸਟਮੈਂਟ ਰੱਖੀ ਆ ਜਾਂ ਇੱਕ ਔਰਚਰਡ ਲਗਾ ਲਿਆ ਠੀਕ ਹੈ ਜਾਂ ਤੁਸੀਂ ਇੱਕ ਮੋਨੋਕਲਚਰ ਦਾ ਇੱਕ ਜ਼ਮੀਨ ਖਰੀਦ ਕੇ ਬੈਠ ਗਏ ਹੋ ਇਹ ਫਾਰਮ ਜਿਹੜਾ ਜਿਹੜੇ ਵਿੱਚ ਮੈਂ ਕੰਮ ਕਰ ਰਿਹਾ ਮਤਲਬ ਮੈਨੂੰ ਲੱਗਦਾ ਜਿਹਦੇ ਵਿੱਚ ਮੇਰਾ ਐਕਸਪੀਰੀਅੰਸ ਹੈਗਾ ਉਹ ਹੈਗਾ ਇੱਕ ਲਾਈਫ ਸਟਾਈਲ ਚੇਂਜ ਫਾਰਮ ਹਾਊਸ ਜਿਹਦੇ ਤੁਸੀਂ ਰਹਿਣਾ ਆਪਣਾ ਆਪਣੇ ਘਰ ਦੀ ਸਬਜ਼ੀ ਤੇ ਆਪਣੇ ਫਰੂਟਸ ਤੇ ਆਪਣਾ ਇੱਕ ਜ਼ੋਨ ਹੁੰਦਾ ਤਾਂ ਇਸ ਟਾਈਪ ਦਾ ਇੱਕ ਲਾਈਫਸਟਾਈਲ ਪੂਰਾ ਇੱਕ ਚੇਂਜ ਵਾਸਤੇ ਆਪਾਂ ਇੱਕ ਸਟੈਪ ਲੈਣੇ ਆ ਤਾਂ ਇਹਦੇ ਵਿੱਚ ਮੈਨੂੰ ਸਭ ਤੋਂ ਜ਼ਰੂਰੀ ਸਭ ਤੋਂ ਪਹਿਲਾਂ ਕੀ ਲੱਗਦਾ ਜਿਵੇਂ ਹੁਣ ਤੁਸੀਂ ਲੈਣ ਦਿੱਤੀ ਆ ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਨਾ ਫਾਰਮ ਹਾਊਸ ਨੂੰ ਡਿਜ਼ਾਈਨ ਕਰੋ ਆ ਪੇਪਰ ਦੇ ਉੱਤੇ ਤਾਂ ਉਹਦੇ ਵਿੱਚ ਬੜੇ ਜ਼ਰੂਰੀ ਕੰਮ ਨੇ ਜਿਵੇਂ ਰਸਤੇ ਪਹਿਲਾਂ ਅ ਡਿਫਾਈਨ ਕਰਨੇ ਕਿ ਤੁਹਾਡੇ ਰਸਤੇ ਕਿਵੇਂ ਹੋਣਗੇ ਤੁਸੀਂ ਘਰ ਕਿੱਥੇ ਬਣਾ ਅਗੇਨ ਫਿਊਚਰ ਚ ਘਰ ਕਿੱਥੇ ਬਣਾਉਣਾ ਚਾਹੁੰਦੇ ਹੋ ਤੇ ਤੁਸੀਂ ਉਹਦੀ ਜ਼ੋਨਿੰਗ ਕਰੋ ਕਿ ਤੁਹਾਡਾ ਕਿਚਨ ਗਾਰਡਨ ਕਿੱਥੇ ਹੋਊਗਾ ਤੁਹਾਡੇ ਜਿਹੜੇ ਫਰੂਟ ਟਰੀਜ਼ ਹੋਣਗੇ ਉਹ ਕਿੱਥੇ ਖੋਣਗੇ ਤੇ ਫਿਰ ਉਹਦੇ ਆਸ-ਪਾਸ ਫਿਰ ਟਿੰਬਰ ਨੂੰ ਜਾਂ ਫੋਰੈਸਟ ਲੈਂਡ ਤੁਸੀਂ ਕਿਵੇਂ ਛੱਡੋਗੇ ਤੁਹਾਡਾ ਸਟੋਰ ਰੂਮ ਕਿੱਥੇ ਹੋਊਗਾ ਟੂਲ ਰੂਮ ਕਿੱਥੇ ਹੋਊਗਾ ਤੁਹਾਡੀ ਪਾਰਕਿੰਗ ਕਿਵੇਂ ਹੋਊਗੀ ਤੁਹਾਡੇ ਕੋਲ ਕਿੰਨੇ ਲੋਕ ਆਣਗੇ ਉਸ ਟਾਈਪ ਨਾਲ ਤੁਸੀਂ ਆਪਣੇ ਉਹਨੂੰ ਡਿਜ਼ਾਈਨ ਕਰੋ ਬੈਟਰੇ ਹੋਊਗਾ ਕਿ ਤੁਸੀਂ ਥੋੜੇ ਪਾਮਾ ਕਲਚਰ ਡਿਜ਼ਾਈਨ ਕੋਰਸ ਨੇ ਜਾਂ ਤਾਂ ਤੁਸੀਂ ਪ੍ਰੋਪਰ ਕੋਰਸ ਕਰ ਲਓ ਜਾਂ ਤੁਸੀਂ ਅਗਰ ਨਹੀਂ ਵੀ ਕੋਰਸ ਕਰਨਾ ਚਾਹੁੰਦੇ ਤਾਂ ਬਹੁਤ ਸਾਰੇ ਆਨਲਾਈਨ ਯੂਨੀਵਰਸਿਟੀਆਂ ਨੇ ਜਿਨ੍ਹਾਂ ਦੇ ਸਾਰਾ ਇਹਦਾ ਸਿਲੇਬਸ ਪਿਆ ਤੇ ਥੋਰਲੀ ਉਹਦੇ ਚ ਜੇ ਇੱਕ ਅੱਛਾ ਪੜਿਆ ਲਿਖਿਆ ਆਏਗਾ ਤਾਂ इजीली ਮਿਲਦਾ ਹੈ ਇੱਕ ਮਹੀਨੇ ਦੇ ਵਿੱਚ ਅਗਰ ਸਮਾਰ ਕੇ ਪੜੋ ਤੁਸੀਂ ਬੁੱਕਸ ਪੜੋ ਤੇ ਉਹਨਾਂ ਦੇ ਆਨਲਾਈਨ ਕੋਰਸਿਸ ਦੇ ਵਿੱਚ ਇੰਟਰੈਕਟ ਕਰੋ ਤਾਂ ਅੱਛੀ ਖਾਸੀ ਜਾਣਕਾਰੀ ਆ ਜਾਂਦੀ ਆ ਕੋਈ ਰਾਕਟ ਸਾਇੰਸ ਨਹੀਂ ਹੈਗੀ ਤੇ ਫੇਰ ਮੈਨੂੰ ਲੱਗਿਆ ਇੱਕ ਚੀਜ਼ ਆ ਕਿ ਸਭ ਤੋਂ ਪਹਿਲਾਂ ਨਾ ਹੈਵੀ ਅਰਥ ਵਰਕ ਵਾਲਾ ਕੰਮ ਜਿੰਨਾ ਵੀ ਹੈਗਾ ਜਿਵੇਂ ਤੁਹਾਨੂੰ ਜੀਸੀਬੀ ਵਗੈਰਾ ਮਸ਼ੀਨ ਨਾਲ ਜੋ ਵੀ ਕੰਮ ਕਰਨਾ ਸਭ ਤੋਂ ਪਹਿਲਾਂ ਉਹ ਕੰਮ ਕਰ ਲਓ ਆਪਣੇ ਘਰ ਦੀ ਮਿੱਟੀ ਛਟਾ ਲਓ ਤੇ ਆਪਣੇ ਰਸਤੇ ਉੱਚੇ ਕਰ ਲਓ ਤੇ ਤਾਂਕੀ ਇੱਕ ਵਾਰੀ ਜਦੋਂ ਕਿਉਂਕਿ ਪਲਾਂਟੇਸ਼ਨ ਹੋ ਜੂਗੀ ਨਾ ਉਸ ਤੋਂ ਬਾਅਦ ਹੈਵੀ ਮਸ਼ੀਨਰੀ ਜਦੋਂ ਵੀ ਅੰਦਰ ਵੱੜਦੀ ਆ ਤਾਂ ਉਹ ਬੜਾ ਨੁਕਸਾਨ ਕਰ ਦਿੰਦੀ ਆ ਪਲਾਂਟਸ ਦਾ ਅਸੀਂ ਇਹਨੂੰ ਬੀਅਰ ਕੀਤਾ ਸਾਨੂੰ ਪਤਾ ਕਿ ਜਦੋਂ ਅਸੀਂ ਬਾਅਦ ਚ ਡਿਜ਼ਾਈਨਿੰਗ ਗਲਤ ਹੋਣ ਕਰਕੇ ਸਾਨੂੰ ਦੁਆਰਾ ਤੋਂ ਅੰਦਰ ਕੋਈ ਟੂਆ ਪਟਣਾ ਪੈਂਦਾ ਸੀ ਆ ਮਿੱਟੀ ਸਟਾਣੀ ਪੈਂਦੀ ਸੀ ਤਾਂ ਸਾਨੂੰ ਕਿੰਨੀ ਤਕਲੀਫ ਹੁੰਦੀ ਸੀਗੀ ਜਦੋਂ ਮਸ਼ੀਨ ਅੰਦਰ ਵੱੜਦੀ ਆ ਤਾਂ ਸਾਡੇ ਪਲਾਂਟਸ ਦਾ ਨੁਕਸਾਨ ਕਰਦੀ ਆ ਤੇ ਸਭ ਤੋਂ ਪਹਿਲਾਂ ਤਾਂ ਤੁਸੀਂ ਲੈਂਡਸਕੇਪਿੰਗ ਮਤਲਬ ਆਪਾਂ ਕਹਿੰਦੇ ਨਾ ਲੈਂਡਸਕੇਪਿੰਗ ਕਰੋ ਆਪਣੀ ਜ਼ਮੀਨ ਨੂੰ ਜਿੱਥੇ ਵੀ ਤੁਹਾਨੂੰ ਲੱਗ ਰਿਹਾ ਕਿ ਮਿੱਟੀ ਚਾਹੀਦੀ ਹੈ ਉ ਉਈ ਡਿਗਿੰਗ ਵੈਰਾ ਕਰਕੇ ਨਾ ਮਿੱਟੀ ਉੱਥੋਂ ਯੂਟਿਲਾਈਜ਼ ਕਰ ਲਓ ਤੇ ਫਿਰ ਉਸ ਤੋਂ ਬਾਅਦ ਤੁਸੀਂ ਟੋਏ ਪੱਟੋ ਪਲਾਂਟਸ ਪਲਾਂਟੇਸ਼ਨ ਵਾਸਤੇ ਜ਼ੋਨਿੰਗ ਦੇ ਹਿਸਾਬ ਨਾਲ ਮੈਨੂੰ ਲੱਗਦਾ ਜ਼ੋਨਿੰਗ ਦੇ ਹਿਸਾਬ ਨਾਲ ਕਰੋ ਤੇ ਤਾਂ ਕਿ ਜਿਹੜੇ ਫਰੂਟ ਟਰੀਜ਼ ਨੇ ਉਹ ਘਰ ਦੇ ਥੋੜਾ ਨੇੜੇ ਹੋਣ ਤੇ ਜਿਹੜੇ ਥੋੜੇ ਵਾਇਲਡਰ ਚੱਲ ਸਕਦੇ ਨੇ ਉਹ ਘਰ ਤੋਂ ਥੋੜਾ ਦੂਰ ਹੋ ਜਾਣ ਤੇ ਆਸ-ਪਾਸ wind breakers ਵਗੈਰਾ ਲੱਗਦੇ ਨੇ ਥੋੜਾ ਹੁੰਦਾ ਹੈ ਥੋੜਾ ਕੰਪਲਿਕੇਟਿਡ ਆ ਤਾਂ ਥੋੜਾ ਮੈਨੂੰ ਲੱਗਦਾ ਕਿ ਪੜ੍ਹ ਲਿਖ ਕੇ ਜਾਂ ਕਿਸੇ ਪਰਮਾਕਲਚਰਿਸ ਦੀ ਸਲਾਹ ਨਾਲ ਚੱਲੋ ਕਿਉਂਕਿ ਇਹ ਡਿਜ਼ਾਈਨਿੰਗ ਆ ਬੜਾ ਲੌਂਗ ਟਰਮ ਕੰਮ ਆ ਪੂਰੀ ਲਾਈਫ ਨਹੀਂ ਇੱਕ ਡਿਜ਼ਾਈਨ ਗਲਤ ਡਿਜ਼ਾਈਨ ਤੁਹਾਨੂੰ ਤੰਗ ਕਰੂਗੀ ਤੇ ਤੋਏ ਪੱਟ ਲੋ ਤੋਏ ਪੱਟ ਕੇ ਫਿਰ ਉਹਦੇ ਵਿੱਚ ਤੁਸੀਂ ਮੈਨਿਉਰਿੰਗ ਪਾ ਲੋ ਤਾਂ ਜੋ ਪਲਾਂਟੇਸ਼ਨ ਆ ਮੈਂ ਐਡਵਾਈਸ ਕਰੂੰਗਾ ਕਿ ਬੈਟਰਾ ਕੀ ਤੁਸੀਂ ਡਿਊਰਿੰਗ ਮੌਨਸੂਨ ਹੀ ਕਰਿਓ ਤੇ ਕਿਉਂਕਿ ਅਸੀਂ ਦੇਖਿਆ ਕਿ ਮੌਨਸੂਨ ਵੇਲੇ ਹੀ ਪਲਾਂਟਸ ਅੱਛੇ ਚੱਲਦੇ ਨੇ ਤੇ ਉਸ ਤੋਂ ਪਹਿਲਾਂ ਲੋਕ ਕਰ ਲੈਂਦੇ ਨੇ ਪਰ ਕੋਈ ਗ੍ਰੋਥ ਦਾ ਕੋਈ ਬੜਾ ਇਫੈਕਟ ਨਹੀਂ ਹੁੰਦਾ ਉਸ ਤੋਂ ਬੈਟਰਾ ਕੀ ਉਹਨਾਂ ਨੂੰ ਨਰਸਰੀ ਦੇ ਵਿੱਚ ਅੰਡਰ ਸ਼ੇਡ ਆ ਦੋ ਕੁ ਮਹੀਨੇ ਇਹ ਗਰਮ ਨੇ ਉਹ ਚੱਲ ਲੈਣ ਦਿਓ ਤੇ ਹੋਪ ਤੁਹਾਨੂੰ ਕੁਝ ਸਮਝ ਆਇਆ ਹੋਊਗਾ ਤੇ ਇਹ ਇੱਕ ਲੰਬਾ ਪ੍ਰੋਸੈਸ ਆ ਤੇ ਇਹਨੂੰ ਇੰਜੋਏ ਕਰਦੇ ਕਰਦੇ ਕਰੋ ਕੋਈ ਛੇਤੀ ਕਿਤੇ ਕੋਈ ਟਾਰਗੇਟ ਸੈਂਟ੍ਰਿਕ ਨਾ ਰੱਖਿਓ ਤੇ ਬੈਸਟ ਆਫ ਲੱਕ ਆਪਣੇ ਫਾਰਮ ਹਾਊਸ ਵਾਸਤੇ ਤੇ ਆਪਣੇ ਇਸ ਡਿਸੀਜਨ ਵਾਸਤੇ ਬਹੁਤ ਬਹੁਤ ਮੁਬਾਰਕਾਂ ਜੀ